ਪਿੰਡ ਖੜਾ ਨੀ ਤੁਹਾਡੀ ਤਾਂ ਬਾਈ ਗੱਲ ਨਿਕਲ ਜਾ ਸਟੇਜਾਂ ਦਾ ਇੱਥੇ ਖੜਦੇ ਬਾਈ ਸਿੱਧੀ ਜੀ ਗੱਲ ਆ ਅਸੀਂ ਪੰਜ ਅਸੀਂ ਬਾਈ ਪਹਿਲਾਂ ਰੋਡਕੀ ਵਾਲੇ ਬੰਨ ਤਾਂ ਟਰੈਕਟਰ ਲਾਈ ਰੱਖੇ ਬਾਈ ਪੰਜ ਦਿਨਾਂ ਠੀਕ ਆ ਹੁਣ ਅਸੀਂ ਜ਼ਿਮੀਦਾਰ ਆ ਸਾਡਾ ਹਾਲ ਦੇਖ ਲਾ ਪਾਣੀ ਦੇ ਉੱਥੇ ਆਰਮੀ ਗੱਡੀ ਜਾਕੀ ਜਾਂਦੀ ਆ ਬਾਈ ਪਾਣੀ ਦੇ ਵਿੱਚ ਜਾ ਕੇ ਠੀਕ ਆ ਖਾਲੀ ਗੱਟੇ ਨੀ ਚੱਕਣ ਦੇਣੇ ਲੋਕਾਂ ਦੇ ਤਾਂ ਗੱਲ ਕਰਾ ਨਹੀਂ ਬਾਈ ਆਹ ਦੇਖੋ ਇੱਥੇ ਭੁਪਿੰਦਰ ਸਿੰਘ ਨੇ ਏ ਐਸ ਆਈ ਨੇ ਤੁਸੀਂ ਗੱਲ ਕਰ ਲਓ ਬਾਈ ਉਹਨਾਂ ਨਾਲ ਆਲੋ ਦੀ ਗੱਲ ਕਰੋ ਵਿਧਾਇਕ ਸਾਹਿਬ ਕਰ ਲਓ ਗੱਲ ਸਾਰੇ ਬੰਦਾ ਦੇ ਹਾਲ ਦੇਖੋ ਬਾਈ ਗੇਟ ਨੀ ਲੰਘਣ ਦਿੱਤਾ ਗੱਲ ਕਰਨ ਦੋ ਠੀਕ ਆ ਬਾਈ ਅਸੀਂ ਨਾ ਸਾਨੂੰ ਦਸ ਦਿਨ ਹੋ ਗਏ ਸਾਡੇ ਟਰੈਕਟਰ ਚੱਲਦੇ ਆ ਠੀਕ ਆ ਟਰੈਕਟਰ ਬੰਦ ਕਰਕੇ ਬੰਨੇ ਤੇ ਦਿਖਾੜ ਖੜਾ ਦਿੰਦੇ ਆ ਠੀਕ ਆ ਅਸੀਂ ਸਾਡੇ ਟਰੈਕਟਰ ਇੱਥੇ ਹੁਣ ਜਿਹੜੇ ਜ਼ਿਮੀਦਾਰ ਦਾ ਟਰੈਕਟਰ ਬੰਨੇ ਤੇ ਲੱਗਿਆ ਹੋਇਆ ਉਦਾਂ ਦਾ 15 ਦਿਨਾਂ ਦਾ ਉਹਦਾ ਘਰ ਡੁੱਬਦਾ ਸੀ ਬਾਈ ਉਹਦਾ ਘਰ ਡੁੱਬਦਾ ਉਹਦੇ ਵਾਸਤੇ ਖਾਲੀ ਗੱਟੇ ਲੈਣ ਆਏ ਸੀਗੇ ਇਹਨਾਂ ਨੇ ਖਾਲੀ ਗੱਟੇ ਨਹੀਂ ਬਾਈ ਚੱਕਣ ਦਿੱਤੇ ਸਾਨੂੰ ਅੱਧੇ ਮੁੰਡਿਆਂ ਨੂੰ ਦੋ ਕੁ ਇਕੱਠਾ ਦੇ ਗੇਟ ਪਾਤਾ ਬਾਈ ਉਹਦੇ ਘਰ ਦੇ ਚਾਰ ਛਪੇਰੇ ਲਾਉਣੇ ਆ ਮੁੜ ਕੇ ਜ਼ਿਮੀਦਾਰ ਤੋਂ ਘਰ ਨਹੀਂ ਬਣਦਾ ਬਾਈ 20 ਸਾਲ ਪਿੱਛੇ ਜਾਊਗਾ ਜ਼ਿਮੀਦਾਰ 40-40 ਲੱਖ ਰੁਪਇਆ ਘਰਾਂ ਤੇ ਲਾਉਂਦਾ ਇੰਨਾ ਬਾਈ ਯਾਰ ਕੌਣ ਇੱਕ ਮਿੰਟ ਕਿੰਨਾ ਨੇ ਤੁਸੀਂ ਤੁਹਾਨੂੰ ਕਿਹਾ ਸੀ SDO ਇਰੀਗੇਸ਼ਨ ਹੋਂ ਤੁਸੀਂ ਬਾਈ ਜੀ ਆ ਦੇਖ ਲਓ ਭੁਪਿੰਦਰ ਸਿੰਘ ਖੜੇ ਨੇ ਐਸਆਈ ਕਹਿੰਦੇ SDO ਇਰੀਗੇਸ਼ਨ ਨੇ ਸਾਨੂੰ ਆਰਡਰ ਦਿੱਤੇ ਸੀਗੇ ਵੀ ਗੱਟੇ ਨਹੀਂ ਚੱਕਣ ਦੇਣੇ ਤੁਸੀਂ ਫਿਰ SDM ਸਾਹਿਬ ਨੂੰ ਕਹਿ ਦਿਓ ਵੀ ਰਤਨਦੀਪ ਸਿੰਘ ਧਾਲੀਵਾਲ ਆ ਵੀ ਗੱਲ ਕਰ ਲਓ ਜੇ ਕੋਈ ਕਾਰਵਾਈ ਕਰਨੀ ਹੈ ਚਲੋ ਸਾਡੇ ਤੇ ਕਰ ਦਿਓ ਜਿੰਨੇ ਲੋਕਾਂ ਦੇ ਬਾਈ ਘਰ ਬਚਾ ਸਕਦੇ ਹੋ ਤਾਂ ਬਚਾ ਲਈਏ ਸੀ ਬਾਈ ਤੁਸੀਂ ਗੱਟੇ ਚੱਕੋ ਯਾਰ ਉਹ ਬਾਈ ਸਵਾਲ ਲਿਆ ਤਾਂ ਤੁਸੀਂ ਸੌਣ ਲੱਗੇ ਤੁਸੀਂ ਯਾਰ ਬਾਈ ਨਿਆਰਾ ਲਿਆ ਤਾਂ ਬਾਈ ਆ ਦੇਖ ਲਾ ਬਾਈ ਗੁਰੀ ਹਾਂਜੀ ਬਾਈ ਹਜੇ ਵੀ ਵਿਧਾਇਕ ਦੇ ਮਤਲਬ PA ਨੂੰ ਫੋਨ ਲਾਇਆ ਉਦੋਂ ਬਾਅਦ ਆ ਚੀਜ਼ਾਂ ਹੋ ਰਹਿਣਗੀਆਂ ਜੇ ਹਜੇ ਵੀ ਸਰਕਾਰ ਇੱਥੇ ਖੜੀ ਆ ਜਾਂ ਸਰਕਾਰ ਜਿਹੜਾ ਕੁਝ ਕਰ ਰਹੀ ਆ ਸਾਨੂੰ ਨਹੀਂ ਪਤਾ ਇੱਕ ਪਾਸੇ ਅਸੀਂ ਵਾਰ-ਵਾਰ ਮੈਂ ਟਵੀਟ ਕਰ ਰਿਹਾ ਹਾਂਗਾ ਮੁੱਖ ਮੰਤਰੀ ਨੂੰ ਅਪੀਲ ਕਰ ਰਹੇ ਆ ਵੀ ਇੱਕ ਨੈਸ਼ਨਲ ਐਮਰਜੈਂਸੀ ਆ ਇਹ ਪੰਜਾਬ ਦਾ ਜਿਹੜਾ ਲਾਸਟ ਸ਼ਹਿਰ ਆ ਸਰਦੂਲਗੜ੍ਹ ਸਾਰਾ ਡੁੱਬ ਜਾਣਾਗਾ ਤੇ ਪਿਛਲੇ 4 ਦਿਨਾਂ ਤੋਂ ਅਸੀਂ ਵੀਡੀਓ ਪਾ ਰਹੇ ਆ ਤੇ ਤੁਹਾਡਾ ਪ੍ਰਸ਼ਾਸਨ ਇੱਥੇ ਕਰ ਕੀ ਰਿਹਾ ਜਾਂ ਹੋਰ ਕੀ ਆ ਫੌਜ ਦੀਆਂ ਕੱਲੀਆਂ ਗੱਡੀਆਂ ਖੜੀਆਂ ਕਿੱਥੇ ਆ NDRF ਦੀਆਂ ਟੀਮਾਂ ਕਿੰਨੇ ਪਸ਼ੂ ਆ ਕਿੰਨੀਆਂ ਉੱਥੇ ਬੱਕਰੀਆਂ ਖੜੀਆਂ ਹੈਗੀਆਂ ਕਿਵੇਂ ਉਹ ਮੁੰਡੇ ਰੋ ਰਹੇ ਆ 10-10 ਕਿੱਲੇ ਬਾਹਰ ਠੋਕ ਕੇ ਦੇ ਲਏ ਰਹੇ ਆ ਯਾਰ ਰਾਤ ਐਨਲਾਈਜ਼ ਕਰਤਾ ਸੀ ਕਿ ਬੰਨ ਟੁੱਟੂਗਾ ਹਾਂ ਰਾਤ ਹੀ ਰਾਤ ਪਰੇ ਦੋ ਇੱਕ ਰਾਤ ਮੁੰਡੇ ਨੇ ਕਹਿਤਾ ਸੀ ਕਿ ਦੋ ਨਾ ਤਾਂ ਬਾਈ ਅਸੀਂ ਗੱਟੇ ਖਾਣੇ ਆ ਤੇ ਨਾ ਬਾਈ ਅਸੀਂ ਪੀਣੇ ਅਸੀਂ ਪਿਆਉ ਦਾ ਪਿੰਡ ਮੱਝਣੇ ਆ ਅਸੀਂ ਕੋਈ ਗੱਲ ਨਹੀਂ ਇੱਥੇ ਦੁਬਾਰੇ ਧਰਦੇ ਆ ਬਾਈ ਸਾਡੇ ਟਰੈਕਟਰ ਜੱਲੀ ਜਾਂਦੇ ਆ ਅਸੀਂ ਕਿਹੜਾ ਘਰੇ ਲੈ ਕੇ ਜਾਣੇ ਆ ਬਾਈ ਯਾਰ ਬੰਨ ਲਾਉਣੇ ਆ ਨਹੀਂ ਘਰ ਦੀ ਗੱਲ ਆ ਭੈਣ ਜਿਮੀਦਾਰ ਬਗਾਲੀ ਵਾਲਾ ਬਾਈ ਇੱਥੇ ਆ ਕੇ ਵੀਡੀਓ ਬਣਾ ਲਓ ਅਸੀਂ ਗੱਟੇ ਨਹੀਂ ਨਹੀਂ ਬਾਈ ਗੱਟੇ ਲਾਈ ਰਹੇ ਆ ਬਾਈ 6.5-6 ਫੁੱਟ ਪਾਣੀ ਹੈਗਾ ਉੱਥੇ ਦੇਖ ਲਓ ਜਾ ਕੇ ਕਿੰਨਾ ਹੈਗਾ ਤੁਸੀਂ ਆਓ ਕਿਸ਼ਤੀ ਲੈ ਕੇ